ਡੇਰਾ ਸੱਚਾ ਸੌਦਾ ਜਗਮਾਲ ਵਾਲੀ ਦੇ ਵਿੱਚ ਗੋਲੀ ਚੱਲ ਗਈ ਹੈ। ਡੇਰੇ ਦੀ ਗੱਦੀ ਨੂੰ ਲੈ ਕੇ ਵਿਵਾਦ ਹੋਇਆ ਹੈ। ਦੱਸ ਦਈਏ ਕਿ ਗੱਦੀ ਤੇ ਬੈਠੇ ਸੰਤ ਵਕੀਲ ਸਾਹਿਬ ਦੀ ਮੌਤ ਤੋਂ ਬਾਅਦ ਇਹ ਵਿਵਾਦ ਹੋਇਆ ਤੇ ਗੱਦੀ ਤੇ ਬੈਠਾ ਸੰਤ ਵਕੀਲ ਸਾਹਿਬ ਦਾ ਡਰਾਈਵਰ ਵਰਿੰਦਰ, ਜਿਸ ਨੂੰ ਲੈ ਕੇ ਵਿਵਾਦ ਹੋ ਗਿਆ, ਭਗਦੜ ਮੱਚ ਗਈ ਅਤੇ ਸੰਗਤ ਦੇ ਵੱਲੋਂ ਵਰਿੰਦਰ ਸਿੰਘ ਦੀ ਕੁੱਟਮਾਰ ਤੱਕ ਕਰ ਦਿੱਤੀ ਗਈ, ਕੱਪੜੇ ਫਾੜ ਦਿੱਤੇ ਗਏ, ਹੰਗਾਮਾ ਹੋ ਗਿਆ ਤੇ ਇਸੇ ਦੌਰਾਨ ਕਿਸੇ ਅਣਪਛਾਤੇ ਸ਼ਖਸ ਨੇ ਗੋਲੀ ਚਲਾ ਦਿੱਤੀ। ਇਸ ਦੌਰਾਨ ਵੱਡੀ ਗਿਣਤੀ ਦੇ ਵਿੱਚ ਪੁਲਿਸ ਫੋਰਸ ਤੈਨਾਤ ਕੀਤੀ ਗਈ ਹੈ। ਦੱਸ ਦਈਏ ਕਿ ਸਿਰਸਾ ਦੇ ਕਾਲਾ ਵਾਲੀ ਚ ਇਹ ਡੇਰਾ ਸੱਚਾ ਸੌਦਾ ਦੀ ਸ਼ਾਖਾ ਹੈ, ਜਗਮਾਲ ਵਾਲੀ ਇਹ ਪੁਰਾਤਨ ਸ਼ਾਖਾ ਹੈ ਤੇ ਇੱਥੇ ਗੋਲੀ ਚੱਲੀ ਹੈ। ਦਰਅਸਲ ਡੇਰਾ ਸੱਚਾ ਸੌਦਾ ਜਗਮਾਲ ਵਾਲੀ ਦੇ ਜਿਹੜੇ ਮੌਜੂਦਾ ਗੱਦੀ ਨਿਸ਼ੀਨ ਸੀ ਸੰਤ ਵਕੀਲ ਸਾਹਿਬ, ਉਹਨਾਂ ਦਾ ਦੇਹਾਂਤ ਹੋ ਗਿਆ ਸੀ ਤੇ ਅਗਲਾ ਗੱਦੀ ਨਿਸ਼ੀਨ ਕੌਣ ਹੋਏਗਾ, ਇਸ ਨੂੰ ਲੈ ਕੇ ਚਰਚਾ ਚੱਲ ਰਹੀ ਸੀ ਤੇ ਕੁਝ ਲੋਕ ਸੰਤ ਦੇ ਡਰਾਈਵਰ ਵਰਿੰਦਰ ਸਿੰਘ ਦੀ ਗੱਦੀ ਤੇ ਬਿਠਾਉਣ ਦੀ ਉਸ ਨੂੰ ਤਿਆਰੀ ਕਰ ਰਹੇ ਸੀ। ਤਾਂ ਇਸ ਦੌਰਾਨ ਜਦੋਂ ਵਰਿੰਦਰ ਸਿੰਘ ਸਟੇਜ ਤੇ ਚੜ੍ਹਿਆ ਤਾਂ ਲੋਕਾਂ ਨੇ ਹੰਗਾਮਾ ਸ਼ੁਰੂ ਕਰ ਦਿੱਤਾ ਤੇ ਉਸਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਉਸ ਨੇ ਮਸਾਂ ਭੱਜ ਕੇ ਆਪਣੀ ਜਾਨ ਬਚਾਈ, ਜਿਸ ਤੋਂ ਬਾਅਦ ਪੁਲਿਸ ਨੇ ਉਸ ਨੂੰ ਇਸ ਸੰਗਤ ਦੇ ਇਕੱਠ ਦੇ ਵਿੱਚੋਂ ਕੱਢਿਆ। ਦੱਸ ਦਈਏ ਕਿ ਪੰਜਾਬ ਹਰਿਆਣਾ ਸਮੇਤ ਰਾਜਸਥਾਨ ਤੇ ਕਈ ਥਾਵਾਂ ਤੋਂ ਇਸ ਡੇਰੇ ਦੇ ਪੈਰੋਕਾਰ ਜੁੜੇ ਹੋਏ ਨੇ, ਲੱਖਾਂ 'ਚ ਇਸ ਦੀ ਗਿਣਤੀ ਹੈ ਤੇ ਇੱਥੇ ਅਗਲੇ ਗੱਦੀ ਤੇ ਕੌਣ ਬੈਠੇਗਾ ਇਸ ਨੂੰ ਲੈ ਕੇ ਵਿਵਾਦ ਹੋ ਗਿਆ। ਸਿਰਸਾ ਦਾ ਕਾਲਾ ਵਾਲੀ ਡੇਰਾ ਸੱਚਾ ਸੌਦਾ ਜਗਮਾਲ ਵਾਲੀ ਦੇ ਸੰਤ ਵਕੀਲ ਸਾਹਿਬ ਦਾ ਦੇਹਾਂਤ ਹੋ ਗਿਆ, ਜਿਸ ਤੋਂ ਬਾਅਦ ਗੱਦੀ ਨੂੰ ਲੈ ਕੇ ਵਿਵਾਦ ਹੋ ਗਿਆ। ਹਾਲੇ ਵਕੀਲ ਸਾਹਿਬ ਦਾ ਸੰਸਕਾਰ ਵੀ ਨਹੀਂ ਸੀ ਹੋਇਆ ਕਿ ਉਸ ਤੋਂ ਪਹਿਲਾਂ ਹੀ ਇੱਥੇ ਅਜਿਹੇ ਹਾਲਾਤ ਬਣ ਗਏ। ਹਾਲਾਂਕਿ ਪੁਲਿਸ ਮੌਕੇ 'ਤੇ ਹੈ ਅਤੇ ਉਸ ਤੋਂ ਬਾਅਦ ਸਥਿਤੀ 'ਤੇ ਕਾਬੂ ਪਾਇਆ ਗਿਆ। ਦੱਸ ਦਈਏ ਕਿ ਦਿੱਲੀ ਦੇ ਹਸਪਤਾਲ ਦੇ ਵਿੱਚ ਇੱਕ ਇਲਾਜ ਦੌਰਾਨ ਗੱਦੀ ਨਿਸ਼ੀਨ ਸੰਤ ਵਕੀਲ ਸਾਹਿਬ ਦਾ ਦੇਹਾਂਤ ਹੋ ਗਿਆ ਸੀ, ਜਿਸ ਤੋਂ ਬਾਅਦ ਜਦੋਂ ਅੱਜ ਸੰਸਕਾਰ ਕਰਨਾ ਸੀ ਤਾਂ ਇਸ ਦੌਰਾਨ ਸਟੇਜ 'ਤੇ ਸੰਤ ਵਕੀਲ ਸਾਹਿਬ ਦਾ ਡਰਾਈਵਰ ਵਰਿੰਦਰ ਸਿੰਘ ਸਟੇਜ 'ਤੇ ਚੜ੍ਹ ਗਿਆ ਅਤੇ ਕੁਝ ਲੋਕ ਉਸ ਨੂੰ ਗੱਦੀ 'ਤੇ ਬਿਠਾਉਣ ਦੀ ਤਿਆਰੀ ਕਰਨ ਲੱਗੇ। ਤਾਂ ਇਸ ਦੌਰਾਨ ਵਿਵਾਦ ਹੋ ਗਿਆ ਅਤੇ ਗੱਦੀ 'ਤੇ ਬੈਠਣ ਵੇਲੇ ਵਰਿੰਦਰ ਸਿੰਘ ਦੀ ਕੁੱਟਮਾਰ ਕਰ ਦਿੱਤੀ ਗਈ, ਉਸ ਦਾ ਵਿਰੋਧ ਕੀਤਾ ਗਿਆ, ਉਸਦੇ ਕੱਪੜੇ ਫਾੜ ਦਿੱਤੇ ਗਏ ਅਤੇ ਇਸ ਦੌਰਾਨ ਇਸ ਇਕੱਠ ਦੇ ਵਿੱਚੋਂ ਕਿਸੇ ਨੇ ਗੋਲੀ ਚਲਾ ਦਿੱਤੀ, ਜਿਸ ਤੋਂ ਬਾਅਦ ਵੱਡੀ ਗਿਣਤੀ ਦੇ ਵਿੱਚ ਪੁਲਿਸ ਫੋਰਸ ਤੈਨਾਤ ਕੀਤੀ ਗਈ ਹੈ। ਇਹੀ ਨਹੀਂ, ਪੰਜਾਬ, ਹਰਿਆਣਾ, ਰਾਜਸਥਾਨ, ਦਿੱਲੀ ਅਤੇ ਯੂਪੀ ਤੋਂ ਵੱਡੀ ਗਿਣਤੀ 'ਚ ਸੰਗਤ ਇੱਥੇ ਪਹੁੰਚ ਰਹੀ ਹੈ।